बिस्मान हूँ फैसल अंसारी आज नई वीडियो के साथ आपकी खिदमत में हाजिर हूँ आप देख रहे हैं फैसल शहर यूट्यूब और फेसबुक चैनल नाजन फुटपाथ के ऊपर एक बूढ़ा एक बुज़ुर्ग सोया हुआ है तो उन्हीं की ज़ुबानी सुनते हैं कि वो इधर क्यों सोया हुआ है दर्द भारी स्टोरी है तो आपने वीडियो को एंड तक ज़रूर देखना है मेरे साथ आपने बने रहना है आखिर सोने की क्या वजह है क्यों सोए हुए हैं इधर इनकी औलाद किधर है क्या हमें सुनाएँगे क्या कहेंगे इन्हीं की ज़ुबानी सुनते हैं कि आखिर इधर क्यों सोए हुए हैं अलमकुम बाबा जी क्या हाल चाल ये उतना उठपो पो वहाँ जरा खैर उठपो पो खैर 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 सुनाओ की कि मैं इतने बैठे ही मस है मसला है तगड़ा बच्चे किधर गए आपने एक पुत्र ਕਿਥੇ ਹੋ ਅੱਜ ਘਰ ਹੁੰਦਾ ਘਰ ਹੁੰਦਾ ਆਹ ਪਰ ਨੌਕਰੀ ਲੱਗਿਆ ਹੋਇਆ ਹੈ ਸਰਕਾਰੀ ਨੌਕਰੀ ਲੱਗਿਆ ਹੈ ਸਰਕਾਰੀ ਹੈ ਜੀ ਆਪੇ ਦਾ ਬੜਾ ਜਿਆਦਾ ਥੋਕਨ ਇਹ ਤੁਹਾਨੂੰ ਉਹਨਾਂ ਨਾਲ ਨਹੀਂ ਰੱਖਿਆ ਹੈ ਤੁਸੀਂ ਘਰ ਨਹੀਂ ਰਹਿੰਦੇ ਇਹ ਗੱਲ ਕੀ ਕਰਨਾ ਬਾਜ ਮੈਂ ਹੋ ਇੱਥੇ ਕਿਉਂ ਤੁਸੀਂ ਲਮੇ ਗੱਲਾਂ ਬੈਠਾ ਬੋਰ ਹੋ ਗਿਆ ਆ ਕਿ ਉਹ ਲਾਟ ਟੁੱਟੀ ਦਾ ਪੁੱਤਰ ਨਹੀਂ ਬੈਠਦਾ ਘਰ ਵਿੱਚ ਥੋ ਹਾਂ ਅੱਛਾ ਲਾਟ ਟੁੱਟੀ ਤੇ ਤੁਹਾਡਾ ਘਰ ਨਹੀਂ ਬੈਠਦਾ ਤੇ ਇਹਦਾ ਅਲਾਈ ਲੋਈ ਨਹੀਂ ਕਹ ਆਇਆ ਉਹ ਕਿਪਾ ਗਾ ਅਲੀ ਬਾਜਗੀ ਅੱਛਾ ਤੁਹਾਡਾ ਬੱਚਾ ਕੀ ਕੰਮ ਕਰਦਾ ਹੈ ਬੱਚਾ ਕੀ ਕੰਮ ਕਰਦਾ ਹੈ ਨੌਕਰੀ ਕਿਹੜੀ ਕਰਦਾ ਹੈ ਬਹੁਤ ਜ਼ਿਆਦਾ ਪੁੱਛ ਤੁਹਾਨੂੰ ਨਾ ਆਖਿਆ ਨਹੀਂ ਕਿ ਅਬੂ ਜੀ ਤੁਸੀਂ ਬਾਹਰ ਨਾ ਜਾਇਆ ਜਾਇਆ ਕਰੋ ਉਹ ਰੋਗਦਲ ਮਾਇਆਵਲ ਬੈਠ ਜਾਵਾ ਜ਼ਿਆਦਾ ਬੱਚੇ ਹੈਗੇ ਪੰਜ 6 ਜਾਨਾ ਚੱਲਾ ਜਾਣ ਵਾਲਾ ਤੇ ਤੁਹਾਨੂੰ ਡਰ ਖੋਫ ਨਹੀਂ ਕਿ ਇੱਥੇ ਕੋਈ ਗੱਡੀ ਗੁੱਡੀ ਦੇ ਆ ਕੋਈ ਕੁੱਤੇ ਜਾਨਵਰ ਉਹ ਦਵਾ ਉਹ ਮਾਗੂ ਵਾਲੇ ਕਿੰਨੀ ਉਮਰ ਤੁਹਾਡੀ ਹੈ 58 50 ਸਾਲ 50 50 ਸਾਲ ਕੁਝ ਕਹਿਣਾ ਚਾਹਦੇ ਲੋਕਾਂ ਨੂੰ ਕੁਝ ਕਹਿਣਾ ਚਾਹਦੇ ਕਿ ਲੋਕਾਂ ਨੂੰ ਉਹ ਜਿਹੜੇ ਜਲਦੇ ਰਹਤੇ ਕੁਝ ਹਜ਼ਾਰ ਦੇ ਜਿਹੜੇ ਫਾਈਸ ਹਜ਼ਾਰ ਦੇ 100 100 ਦੇ ਜਿਹੜੇ ਮੈਲਦੇ ਤੇ ਵੀਸ ਆਉਏ ਤੇ ਮੈਲਦੇ ਕਿਨੇ ਸਾਲ ਹੋ ਗਏ ਨਾ ਵੀਸ ਆਉਏ ਤੇ ਮੈਲਦਾ ਬਾਅਦ 20 ਸਾਲ ਹੋ ਗਏ ਨੇ 20 ਸਾਲ ਹੋ ਗਏ ਨੇ ਤੁਸੀਂ ਇੱਥੇ ਬੈਠੇ ਹੋ ਬੈਠਦਾ ਬਰ ਰੋਜ਼ਾਨਾ ਆਉਂਦੇ ਇਹ ਸ਼ਾਮ ਨੂੰ ਘਰ ਜਾਂਦੇ ਆ ਰਹੇ ਕੇ ਬਾਈ ਅੱਪਰ ਜਾਂਦਾ ਵੀਰ ਵੀ ਲੱਗਦੇ ਅੱਛਾ ਮਤਲਬ ਤੁਹਾਨੂੰ ਸਾਦਾ ਮਸਲਾ ਹੈ ਸਾਦਾ ਮਸਲਾ ਤੁਹਾਡੇ ਲੱਤ ਦਾ ਬਸਤਾ ਹੈ ਸਾਹ ਵੀ ਅੱਛਾ ਬੱਚਿਆਂ ਨੇ ਤੁਹਾਨੂੰ ਰੋਕਿਆ ਹੈ ਕਿ ਉਹ ਜੀ ਬਾਹਰ ਨਾ ਜਾਇਆ ਕਰੋ ਉਹ ਰੋਕਦਾ ਲਮਾ ਲਮਾ ਜਾਣਾ ਮੈਂ ਉਸੇ ਹੁੰਦਾ ਨਾ ਕਿ ਔਲਾਦ ਪੋੜ ਨਹੀਂ ਕਰਦੀ ਔਲਾਦ ਮਾਪਿਆਂ ਨੂੰ ਘਰੋਂ ਕੱਢ ਦਿੰਦੀ ਨੋ 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 ਸੋ ਮਾਂ ਦੀ ਬੁਲਾਦ ਨੂੰ ਆਪ ਖਵਾ ਦਿਆਂ ਅੱਛਾ ਹੁਣ ਜਮਣ ਨੂੰ ਤਨ ਨਾ ਕੋਈ ਰਾਜ ਦੇ ਲਈ ਕੋਈ 500 ਦੇ ਦੇ ਲਈ ਉਹ ਕਿਹੜਾ ਲੈਂਦਾ ਮਗ ਕਦੇ ਲੈ ਜਾਣਾ ਨਾ ਤੁਹਾਨੂੰ ਪਤਾ ਕਿ ਇਹ ਜਿਹੜਾ ਦੌਰ ਲੰਘ ਰਿਹਾ ਹੈ ਹਕੂਮਤ ਮਤਲਬ ਕਿ ਕਿੰਨੀ ਮਗਾਈ ਹੋ ਗਈ ਪਤਾ ਤੁਹਾਨੂੰ ਮਗਾਈ ਤੇ ਪਰ ਪਤਾ ਆਸ਼ਾ ਹੈ ਮਗਾਈ ਕਿਹੜੀ ਸਸਤੀ ਹੈ ਕਿ ਜ਼ਿਆਦਾ ਬੈਠਾ ਜਿਮ ਬੱਲੇ ਬੱਲੇ ਆ ਮਗਾਈ ਜੜਾਈ ਉਹਨੇ ਨਜ਼ਰੀ ਇਹ ਸੂਰਤ ਹਾਲ ਦੇਖ ਲੈ ਕਿ ਫੁੱਟਬਾਸ ਕੇ ਉੱਪਰ ਪਹਿਲੇ ਸੋਏ ਥੇ ਤੋ ਇਹਨਾਂ ਕਹਿਣਾ ਦਾ ਮਤਲਬ ਇਹ ਹੈ ਕਿ ਮੈਨੂੰ ਕੋਈ ਮਸਲਾ ਨਹੀਂ ਆ ਪਰ ਇਧਰ ਰਹਤਾ ਹਾਂ ਘਰ ਮੇ ਬੈਠਾ ਨਹੀਂ ਜਾ ਸਕਦਾ ਤੋ ਬਤਾਨੇ ਦਾ ਮਕਸਦ ਨਾਜ਼ਰੀ ਇਹ ਹੈ ਕਿ ਵਾਲਿਦਾਂ ਕੋ ਐਸੀ ਸੂਰਤ ਮੇ ਬਾਏ ਨਹੀਂ ਫੈਂਕਣਾ ਚਾਹੀਦਾ ਉਹ ਉਹ ਰੋਗ ਦਾ ਨਾ ਜਾ ਕਰ मतलब के बच्चे नहीं के कहते हैं कि अबू जी आप बाय ना जाया करें तो कोशिश किया करें अपने वालदान की कदर करें वीडियो बनाने का मकसद ये है कि एक आपके सामने एक नई चीज़ लाई जाए आपको बताया जाए कि वालदान की क़दर की जाए उनके साथ अहसन सलीके से बात की जाए तो जिस तरह के हजूर के दौर में सबिया रसूल ने फरमाया था कि अगर मेरी हुकूमत के अंदर एक जानवर भी मर जाए भूख से तो उसका जवाब भी मैंने देना है तो वीडियो बनाने का मकसद नाजरन ये है के वालदैन के साथ हसने सलूक से साथ प्यार मोहब्बत के साथ उनका ख्याल रखना चाहिए ताकि उन लोगों ने भी आपको बचपन में बहुत अच्छे तरीके से पढ़ाया लिखाया आपकी परवरिश की तो इसी तरह वालदैन को बाहर ना जाने दिया करें जिस हालत में अभी इनको सांस का भी मसला है और जो इनकी टांग है उधर भी मसला इनको है बड़ी बच्चे का बड़ी बच्चे का मेरी इनहा दी 50 साल इनहा दी उम्र है ते वीडियो बनाने का मकसद जी 585 85 ਕਿਦਾ ਹਿੰਦੁਸਤਾਨ ਪਾਕਿਸਤਾਨ ਦਾ ਉਹ ਵਿੱਚ ਨਾ ਹਾਲਾ ਦਾ ਜਦੋਂ ਹਿੰਦੁਸਤਾਨ ਤੇ ਪਾਕਿਸਤਾਨ ਬਣਿਆ ਤੁਸੀਂ ਤਿੰਨ ਸਾਲਾਂ ਦੇ ਆਹ ਕਿੰਨਾ ਸਾਲਾਂ ਦੇ ਸੀ ਨਾਜ਼ਰਿ ਮਵਾਲਿਦਾਂ ਕੀ ਕਦਰ ਕੀ ਜਾਏ ਕੈਮਰਾਮੈਨ ਸਦਾਮਨ ਸਾਰੀ ਕੋ ਸਾਥ ਇਜਾਜ਼ਤ ਦਿਜੀਏ ਅੱਲਾ ਨੇ ਕਬਾਲ